ਅਸਲਾਮ ਅਲੈਕੁਮ ਦੋਸਤੋ, ਦੋਸਤੋ ਰੰਧਾਵਾ ਵਲੋਗ ਯੂਟਿਊਬ ਚੈਨਲ 'ਤੇ ਖੁਸ਼ ਆਮਦੀਦ। ਹਾਂਜੀ, ਉਮੀਦ ਕਰਦੇ ਜੀ ਤਮਾਮ ਦੋ ਠੀਕ ਠਾਕ ਹੋਣਗੇ। ਹਾਂਜੀ ਦੋਸਤੋ, ਅੱਜ ਮੌਜੂਦ ਆ ਜੀ ਲੱਕੀ ਟਰੈਕਟਰ ਸ਼ੋਅਰੂਮ 'ਤੇ, ਅਤੇ ਜਿਹੜਾ ਬੁਰਾਕ ਦਾ ਸ਼ੋਅਰੂਮ ਆ ਉਹਦੇ 'ਤੇ ਮੌਜੂਦ ਆ, ਅਤੇ ਚਾਚਾ ਮਨਜ਼ੂਰ ਜੱਟ ਅਤੇ ਨਾਲ ਸਰਦਾਰ ਬੁਲਬੁਲ ਹੁਸੈਨ ਡੋਗਰ ਨੰਬਰਦਾਰ ਸਾਹਿਬ ਤਹਿਸੀਲ ਸਮੁੰਦਰੀ ਅਤੇ ਨਾਲ ਰਾਣਾ ਸਾਹਿਬ ਵੱਡੇ ਜਹਾਂਗੀਰ ਤੋਂ ਸਾਡੇ ਨਾਲ ਨੇ, ਅਤੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਹਨਾਂ ਨੂੰ ਇਹ ਟਰੈਕਟਰ ਕੈਸਾ ਲੱਗਾ ਵਾ ਔਰ ਇਹਨਾਂ ਦੀ ਕੀ ਰਾਏ ਆ ਇਸ ਟਰੈਕਟਰ ਦੇ ਬਾਰੇ, ਜਿਹੜਾ ਬਰਾਕ B4100 ਟਰੈਕਟਰ ਆ ਇਹਨਾਂ ਦੇ ਬਾਰੇ ਇਹਨਾਂ ਦੀ ਕੀ ਰਾਏ ਆ, ਅਤੇ ਇਹਨਾਂ ਕੋਲ ਮੁਕੰਮਲ ਗੱਲਬਾਤ ਪੁੱਛਦੇ ਹਾਂ ਔਰ ਗੱਲਬਾਤ ਕਰਦੇ ਹਾਂ ਇਹਨਾਂ ਨਾਲ। ਅਸਲਾਮ ਅਲੈਕੁਮ ਜੀ। ਵਾਲੇਕੁਮ ਅਸਲਾਮ। ਸਰਦਾਰ ਜੀ ਕੀ ਹਾਲ ਚਾਲ ਜੇ? ਸਰਦਾਰ ਜੀ ਕੀ ਕਹਿਣਾ ਚਾਹੋਗੇ ਇਸ ਟਰੈਕਟਰ ਦੇ ਬਾਰੇ? ਜਿਹੜਾ ਟਰਬੋ ਸਹੀ ਕੰਮ ਕਰਦਾ ਹੋਵੇ, ਹੀਟ ਨਾ ਹੁੰਦਾ ਹੋਵੇ, ਅਤੇ ਨੌ ਪਾਵਰ ਪੂਰਾ ਕੱਢੇ, ਅਤੇ ਮੇਰਾ ਖਿਆਲ ਹੈ ਸਾਡੇ ਪਾਕਿਸਤਾਨ ਦੀ ਟਰੈਕਟਰ ਹੋਏ ਸਹੀ। ਅਤੇ ਤੁਸੀਂ ਇਹ ਟਰੈਕਟਰ ਦੇਖਿਆ ਵਾ, ਇਹਦੇ ਵਿੱਚ ਕੀ ਕੀ ਤੁਹਾਨੂੰ ਆਮ ਟਰੈਕਟਰਾਂ ਨਾਲੋਂ ਜਿਹੜਾ ਵਾ ਤਬਦੀਲ ਨਜ਼ਰ ਆਇਆ ਵਾ? ਠੀਕ ਹੈ ਜੀ। ਅਤੇ ਬਾਕੀ ਇਹ ਟਰਬੋ ਦੇ ਬਾਰੇ ਕੀ ਕਹਿਣਾ ਚਾਹੋਗੇ? ਟਰਬੋ ਲਾਈ ਇਹਨੂੰ ਆਇਲ ਕੂਲਰ ਲਾਇਆ? ਆਇਲ ਕੂਲਰ ਲਾਇਆ ਨਾ ਜਨਾਬ, ਜਿਸ ਤਰ੍ਹਾਂ 260 ਨੂੰ ਲੱਗਾ। ਹਾਂਜੀ, ਇਹ ਆਇਲ ਕੂਲਰ ਨਹੀਂ ਮਿਆਰੀ ਹੈਗਾ। ਆਇਲ ਕੂਲਰ ਜਿਹੜਾ ਨਾ, ਜਿਵੇਂ ATS ਨੂੰ ਲੱਗਾ ਸਹੀ, ਜੇ ਬਾਅਦ ਚ ਲਵਾਈ ਦਾ ਬਾਅਦ ਜਿਵੇਂ ਲਵਾਈ ਦਾ ਫੁੱਲ ਰੇਡੀਏਟਰ ਦੇ ਬਰਾਬਰ। ਹਾਂਜੀ, ਉਂਝ ਦਾ ਅਗਰ ਹੋਵੇ ਨਾ ਫਿਰ ਬਿਹਤਰ ਆ, ਫਿਰ ਲੱਗ ਜਾਵੇ ਨਾਲ ਹੀ। ਇਹ ਜੀ 260 ਅੰਗੂਈਆਂ ਸੇਮ ਜਿੱਦਾਂ 260 ਦਾ ਨਾ, ਦੇਖੋ ਨਾ ਇਸ ਆਇਲ ਕੂਲਰ ਦਾ ਤਾਂ 260 ਵੀ ਹੀਟ ਹੁੰਦਾ। ਸਹੀ ਆ, ਸਹੀ। ਇਹਦੀ ਜਿਵੇਂ 100 ਪਾਵਰ ਆ, ਇਹਦੇ ਵੀ ਆਇਲ ਕੂਲਰ ਰੇਡੀਏਟਰ ਦੇ ਸਾਈਜ਼ ਦਾ ਹੋਣਾ ਚਾਹੀਦਾ। ਸਹੀ, ਬਾਕੀ ਕੰਪਨੀ ਨੇ ਤਬਦੀਲੀਆਂ ਕੀਤੀਆਂ ਇਹਦੇ ਵਿੱਚ, ਇੱਕ ਤੋਂ ਢੱਕਣ ਲਾ ਦਿੱਤਾ, ਉਹਦੇ ਬਾਰੇ ਕੋ ਥੋੜ੍ਹਾ ਜਿਹਾ ਦੱਸੋ। ਬਹੁਤ ਅੱਛਾ ਕੀਤਾ ਅਸੀਂ ਮਰਜ਼ੀ ਦੇ ਇੱਥੇ ਦੇ ਨਾਲ ਟਾਕੀ ਮੰਨਣ 'ਤੇ ਰਹੀਦਾ ਸੀ, ਇਹਦੀ ਟਾਕੀਆਂ ਤੋਂ ਜਾਣ ਦੂਸਰੇ ਬੜੀ ਪਿਆਰੀ ਬਣਾਈ ਹੈ। ਸਹੀ, ਫਿਰ ਇਹ ਜਿਹੜੀਆਂ ਬਾਅਦ ਲਾਈ ਸਹੀ ਆ। ਬਾਕੀ ਟਰਬੋ ਦੇ ਬਾਰੇ ਥੋੜ੍ਹਾ ਜਿਹਾ ਦੱਸ ਦਿਓ। ਸਹੀ ਆ, ਸਹੀ ਆ, ਸਹੀ ਆ, ਠੀਕ ਹੈ ਜੀ। ਠੀਕ ਹੈ, ਬਾਕੀ ਟੈਂਕੀ ਦੇ ਢੱਕਣ ਦੇ ਉੱਤੇ ਵੀ ਉਹ ਲਾ ਦਿੱਤਾ ਵਾ। ਸਹੀ, ਬਾਕੀ ਪਿੱਛੋਂ ਲੈਂਕਾਂ ਤੋਂ ਵੀ ਦੋਸਤਾਂ ਨੂੰ ਦਿਖਾ ਦਿੰਦੇ ਹਾਂ, ਲੈਂਕਾਂ ਜਿਹੜੀਆਂ ਉਹ ਵੀ ਜਿਸ ਤਰ੍ਹਾਂ ਡਿਲੈਕਸ ਮਾਡਲ ਨੂੰ ਜਾਂ ATS ਨੂੰ ਭਾਰੀਆਂ ਹੁੰਦੀਆਂ ਉਹਦੇ ਨਾਲ ਦੀਆਂ। ਸਰਦਾਰ ਜੀ ਇਹਦੇ ਬਾਰੇ ਕੀ ਕਹੋਗੇ? ਜੈਕ ਸਿਸਟਮ ਕੀਤਾ ਇਹਨਾਂ ਨੇ, ਉਹ ਜੈਕ ਸਿਸਟਮ ਕੀਤਾ।
ਸਹੀ ਟੈਬਲੇਟ ਵੀ ਉਹਨਾਂ ਦੀ ਜਿਹੜੀ ਬਹੁਤ ਅੱਛੀ ਦਿੱਤੀ ਹੋਈ ਹੈ। ਠੀਕ ਹੈ ਜੀ। ਟੂਟੀ ਟੂਟੀ ਜਿਹੜੀ ਅਸੀਂ ਬਾਅਦ 'ਚ ਲੈ ਕੇ ਟਾਈ ਦੀ ਉਹਨਾਂ ਨੇ ਆਲਰੇਡੀ ਲਾਈ ਹੈ। ਸਹੀ। ਬਾਕੀ ਮਜ਼ੀਦ ਇਹਦੇ 'ਤੇ ਚਾਚਾ ਮਨਜੂਰ ਜੱਟ ਸਾਡੇ ਨਾਲ ਆ, ਇਹ ਮਜ਼ੀਦ ਇਹਦੇ 'ਤੇ ਰੋਸ਼ਨੀ ਪਾਉਂਦੇ ਆ। ਮੈਕ ਦੇ ਦਿਓ ਚਾਚੇ ਨੂੰ। ਬਾਕੀ ਚਾਚਾ ਜਿਹੜਾ ਵਾ ਉਹ ਬੜਾ ਐਕਸਪਰਟ ਡਰਾਈਵਰ ਆ ਔਰ ਇਹਨਾਂ ਚੀਜ਼ਾਂ ਨੂੰ ਬਹੁਤ ਕਰੀਬੀ ਤੋਂ ਬੜੇ ਅਰਸੇ ਤੋਂ ਔਰ ਬੜੇ ਲੰਮੇ ਤਜ਼ਰਬੇ ਤੋਂ ਇਹਨਾਂ ਚੀਜ਼ਾਂ ਨੂੰ ਸਮਝਦੇ ਨੇ। ਬਾਕੀ ਚਾਚਾ ਮਨਜ਼ੂਰ ਜਿਹੜਾ ਉਸ ਟਰੈਕਟਰ ਦੇ ਬਾਰੇ ਆਪਣੀ ਰਾਏ ਦੇਵੇਗਾ। ਅਸਲਾਮ ਵਾਲੇਕਮ ਚਾਚਾ ਜੀ, ਕੀ ਹਾਲ ਚਾਲ ਜੇ? ਦੱਸੋ ਇਸ ਟਰੈਕਟਰ ਦੇ ਬਾਰੇ ਥੋੜ੍ਹੇ ਜਿਹਾ, ਆਮ ਟਰੈਕਟਰਾਂ ਤੋਂ ਇਸ ਟਰੈਕਟਰ 'ਚ ਤੁਹਾਨੂੰ ਕੀ ਨਜ਼ਰ ਆਇਆ ਵਾ? ਸਹੀ ਆ, ਠੀਕ ਹੈ। ਇਹਦੇ ਸੰਗਲ ਵੀ ਭਾਰੇ ਨਹੀਂ ਲੱਗਦੇ ਮੈਨੂੰ ਤੇ? ਠੀਕ ਹੈ। ਅਤੇ ਬਾਕੀ ਅਗਲੇ ਬੰਦਿਓ ਆਪਣੀ ਰਾਏ ਦਿਓ, ਤੁਹਾਡਾ ਕੀ ਖਿਆਲ ਆ ਇਹਦੇ 'ਤੇ? ਵੀ 4100 ਅਤੇ 100 HP ਜਿਹੜਾ ਟਰੈਕਟਰ ਆ। ਸਹੀ ਆ। ਬਾਕੀ ਤੁਸੀਂ ਮਜ਼ੀਦ ਕੀ ਕੰਪਨੀ ਨੂੰ ਮਸ਼ਵਰਾ ਦੇਣਾ ਚਾਹੋਗੇ ਇਸ ਟਰੈਕਟਰ 'ਤੇ? ਹਾਂਜੀ, ਸਿਲਵਰ ਕਾਰਨ ਫਿਰ ਹੋਰ ਟਰੈਕਟਰ ਸੋਹਣਾ ਲੱਗੇਗਾ। ਸਹੀ ਆ। ਹਾਂਜੀ ਹਾਂਜੀ, ਠੀਕ ਹੈ। ਸਹੀ ਆ। ਇਹਦੇ ਵਿੱਚ ਮੋਬਲੈਲ ਵੀ 10 ਲੀਟਰ ਪੈਂਦਾ ਜੀ। ਸਹੀ ਆ। ਸਹੀ। ਬਾਕੀ ਪਸੰਦ ਆ ਟਰੈਕਟਰ ਤੁਹਾਨੂੰ ਵੇਖਣ ਨੂੰ? ਬਾਕੀ ਮਜ਼ੀਦ ਚੱਲੇਗਾ ਤਾਂ ਪਤਾ ਲੱਗ ਜਾਵੇਗਾ। ਹਾਂ। ਬਾਕੀ ਹੋਰ ਚਾਚਾ ਟਰਬੋ ਦੇ ਬਾਰੇ ਥੋੜ੍ਹਾ ਜਿਹਾ ਦੱਸ ਦਿਓ ਦੋਸਤਾਂ ਨੂੰ, ਉਹ ਟਰਬੋ ਦੇ ਬਾਰੇ ਥੋੜ੍ਹਾ ਜਿਹਾ ਦੱਸ ਦਿਓ ਵੀ ਟਰਬੋ ਦਾ ਕੀ ਫੰਕਸ਼ਨ ਆ, ਟਰਬੋ ਜਿਹੜੀ ਉਹ ਕਿੰਜ ਟਰੈਕਟਰ ਦੀ ਪਾਵਰ ਨੂੰ ਵਧਾਉਂਦੀ ਇਹਦੇ ਬਾਰੇ ਥੋੜ੍ਹਾ ਜਿਹਾ ਦੱਸ ਦਿਓ। ਆ ਜੀ, ਆ ਟਰਬੋ ਇਸ ਸਾਈਡ 'ਤੇ ਲੱਗੀ। ਸਹੀ ਆ, ਠੀਕ ਹੈ। ਹਾਂਜੀ, ਉਹ ਤਾਂ ਬੜੀ ਖੁਸ਼ੀ ਹੈ। ਹਾਂਜੀ, ਠੀਕ ਹੈ। ਆ ਵੇਖੋ ਜੀ, ਕੰਪਨੀ ਦਾ ਬੜਾ ਫਰੇਮ ਵਰਕ ਆ ਇਹਦੇ ਪਿੱਛੇ। ਸਹੀ। ਤਾਂ ਪਲੇਟਫਾਰਮ ਦੇ ਬਾਰੇ ਕੀ ਕਹੋਗੇ? ਹੈ, ਬਹਿ ਕੇ ਦਿਖਾਓ ਹਾਂ ਉੱਤੇ ਥੋੜ੍ਹਾ ਜਿਹਾ। ਮੇਰੇ ਹਿਸਾਬ ਨਾਲ ਤੁਹਾਡੇ ਵਰਗਾ ਭਾਰਾ ਡਰਾਈਵਰ ਵੀ ਇੱਥੇ ਬਵੇ ਅਤੇ ਕੋਈ ਥਕਾਵਟ ਵਗੈਰਾ ਤਾਂ ਨਹੀਂ? ਹਾਂ, ਸਹੀ ਆ, ਥੋੜ੍ਹੇ ਜਿਹੇ ਛੋਟੇ ਕਰ ਦੇਣਾ। ਸਹੀ। ਬਾਕੀ ਕੰਪਨੀ ਨੂੰ ਮੇਲੇ ਦੀ ਦਾਵਤ ਵੀ ਦੇ ਕੇ ਚੱਲੇ ਜੇ ਕਿ ਨਹੀਂ? ਸਹੀ ਆ, ਠੀਕ ਹੈ। ਚਲੋ, ਕੰਪਨੀ ਦੇ ਗਾਰੀ ਰਿਕੁਐਸਟ ਕਰਾਂਗੇ ਮੇਲੇ 'ਤੇ ਆਵੇ। ਸਹੀ ਆ। ਇਹ ਅੱਗੇ ਵੀ ਕਿਤੇ ਵੇਖਿਆ ਜੇ ਕਿ ਪਹਿਲੀ ਵਾਰ ਹੀ ਵੇਖਿਆ? ਸਹੀ ਆ, ਸਹੀ ਆ। ਲਓ ਜੀ, ਚਾਚਾ ਮਨਜ਼ੂਰ ਜੱਟ ਆ ਪਾਇਆ ਔਰ ਟੈਸਟਿੰਗ ਮੈਸਟਿੰਗ ਕਰ ਰਿਹਾ ਉੱਤੇ ਬਹਿ ਕੇ ਟਰੈਕਟਰ ਦੀ। ਹਾਂਜੀ, ਸਹੀ ਆ। ਛੋਟੀਆਂ ਛੋਟੀਆਂ ਹੁਣ ਨਹੀਂ, ਇਸ ਸਾਈਡ 'ਤੇ ਬੈਟਰੀ ਹੈਗੀ ਨਾ ਉਹਨੇ ਮੁੰਡੇ ਦੀ। ਹਾਂਜੀ, ਸਹੀ ਆ, ਸਹੀ ਆ, ਠੀਕ ਆ, ਸਹੀ।
ਠੀਕ ਸਹੀ ਸਹੀ ਠੀਕ ਲਓ ਜੀ ਬਾਕੀ ਚਾਚੇ ਦੀਆਂ ਮੁੰਡੇ ਨੂੰ ਕਹੋ ਇੱਧਰੋਂ ਚਾਬੀ ਦੇਵੇ ਲਓ ਜੀ ਚਾਚਾ ਟਰਾਈ ਲੱਗਾ ਲੈਣ ਸਟਾਰਟ ਕਰਕੇ ਆਵਾਜ਼ ਵਗੈਰਾ ਚੈੱਕ ਕਰਨ ਲੱਗਾ ਔਰ ਸਟਾਰਟ ਕਰਨ ਤੋਂ ਬਾਅਦ ਫਿਰ ਚਾਚੇ ਨੂੰ ਪੁੱਛਾਂਗੇ ਵੀ ਆਵਾਜ਼ ਵਗੈਰਾ ਕਿੱਦਾਂ ਇਹਦੀ ਲੱਗੀ ਤੁਹਾਨੂੰ ਬਾਕੀ ਲਓ ਜੀ ਚਾਚੇ ਦੀਆਂ ਗੱਲਾਂ ਬਾਤਾਂ ਤੁਸੀਂ ਸੁਣੀਆਂ ਵਾ ਮਜ਼ੀਦ ਟਰੈਕਟਰ ਫੀਲਡ ਵਿੱਚ ਜਾਣਗੇ ਚੱਲਣਗੇ ਫਿਰ ਜੋ ਵੀ ਇਹਨਾਂ ਦਾ ਫੀਡਬੈਕ ਹੋਇਆ ਇਨਸ਼ਾਅੱਲਾ ਤਾਲਾ ਦੋਸਤਾਂ ਨਾਲ ਸ਼ੇਅਰ ਕਰਾਂਗੇ ਔਰ ਸਾਡੀ ਕੋਸ਼ਿਸ਼ ਆ ਕਿ ਜਿਹੜੀ ਵੀ ਨਵੀਂ ਕੰਪਨੀ ਪਾਕਿਸਤਾਨ ਦੇ ਅੰਦਰ ਟਰੈਕਟਰਾਂ ਵਾਲੀ ਆਉਂਦੀ ਆ ਉਹਨੂੰ ਸਪੋਰਟ ਕਰਨਾ ਚਾਹੀਦਾ ਤਾਂ ਕਿ ਉਹ ਅੱਛੇ ਤੋਂ ਅੱਛੇ ਟਰੈਕਟਰ ਬਣਾਵੇ ਔਰ ਜਿੰਨੀਆਂ ਜ਼ਿਆਦਾ ਕੰਪਨੀਆਂ ਮਾਰਕੀਟ ਦੇ ਅੰਦਰ ਹੋਣਗੀਆਂ ਉਹਦਾ ਜਿਹੜਾ ਬੈਨੀਫਿਟ ਆ ਸਾਰਾ ਜ਼ਿਮੀਦਾਰ ਨੂੰ ਮਿਲੇਗਾ ਲਓ ਜੀ ਦੋਸਤੋ ਅਗਰ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਵੀਡੀਓ ਦੇਖਣ ਦਾ ਸ਼ੁਕਰੀਆ ਓਕੇ ਅੱਲਾ ਹਾਫਿਜ਼